ਸੈਕਿੰਡ ਵੇਵ ਦੇ ਵਿੱਚ ਡੈਥ ਰੇਟ ਬਹੁਤ ਜ਼ਿਆਦਾ ਸੀ ਉਹਦੇ ਵਿੱਚ ਅਸੀਂ ਇੱਕ ਮੋਰਟਰੀ ਵੈਨ ਦੀ ਸੇਵਾ ਸ਼ੁਰੂ ਕੀਤੀ ਹੋਈ ਸੀ ਤੇ ਜਿਹਦੇ ਚ ਅਸੀਂ ਕਹਿ ਸਕਦੇ ਹੈਗੇ ਆ ਕਿ ਸਾਡੀ ਟੀਮ ਨੇ ਅਨਫੋਰਚੂਨੇਟਲੀ 8 850 ਜਿਹੜੀ ਹੈਗੀਆਂ ਬਾਡੀਜ਼ ਦਾ ਕਰੀਮੇਸ਼ਨ ਜਿਹੜਾ ਹੈਗਾ ਸਾਡੀ ਟੀਮ ਨੇ ਕੀਤਾ ਹੈਗਾ ਅੱਜ ਦੀ ਡੇਟ ਇਸ ਸਿੰਗੂ ਬਾਰਡਰ ਤੇ ਟਿਕਰੀ ਦੇ ਵਿੱਚ ਇਹ ਸੇਵਾਵਾਂ ਅਸੀਂ ਹਜੇ ਤੱਕ ਵੀ ਜਾਰੀ ਰੱਖੀ ਹਨ ਜਿਹਦੇ ਵਿੱਚ ਮੈਡੀਕਲ ਕੈਂਪ ਹੋਗੇ ఫిਜ਼ੀਓਥੈਰੇਪੀ ਹੋਗੀ ਸਾਰਿਆਂ ਨੂੰ ਜਿਹੜੀ ਇੱਕ ਲੋਡ ਮਹਿਸੂਸ ਹੋ ਰਹੀ ਸੀ ਕਿ ਵੈਕਸੀਨੇਸ਼ਨ ਉਹ ਅਸੀਂ ਜਿਹੜਾ ਹੈਗਾ ਵੈਕਸੀਨੇਸ਼ਨ ਡਰਾਈਵ ਇੱਥੇ ਸ਼ੁਰੂ ਕੀਤੀ ਹੋਈ ਹੈਗੀ ਦਿੱਲੀ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਤੋਂ ਇਲਾਵਾ ਅਸੀਂ ਇੱਕ ਸਪੈਸ਼ਲ ਕੈਂਪ ਸੁਖਨਾ ਲੇਕ ਦੇ ਉੱਤੇ ਲਗਾਇਆ ਹੋਇਆ ਹੈਗਾ ਤੇ ਜਿਦੇ ਚ ਅਸੀਂ 5000 ਦਾ ਟਾਰਗੇਟ ਆਲਰੇਡੀ ਅਚੀਵ ਕਰ ਚੁੱਕੇ ਹੈਗੇ ਤਾਂ ਜਿਹੜੇ ਵੀ ਅਫਗਾਨ ਕਮਿਊਨਿਟੀ ਦੇ ਲਾਸਟ ਈਅਰ ਆਏ ਸਨ ਮਾਰਚ ਦੇ ਬੰਬ ਅਟੈਕ ਤੋਂ ਬਾਅਦ ਜੁਲਾਈ ਤੋਂ ਲੈ ਕੇ ਸਪਟੈਂਬਰ ਦੇ ਵਿੱਚ ਉਹ ਅਸੀਂ ਜਿੰਨੇ ਪਰ 400 ਪਲੱਸ ਲੋਕ ਆਏ ਸਨ ਜਿਦੇ ਚ ਅਸੀਂ ਤਕਰੀਬਨ 11 ਪਰਿਵਾਰ ਕਹਿ ਲੋ ਜਾਂ 60 ਸ਼ਰੀਰ ਕਹਿ ਲੋ ਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ 1 ਸਾਲ ਆਸ ਤੇ ਸਪਾਂਸਰਸ਼ਿਪ ਦਿੱਤੀ ਹੈਗੀਏ ਜਿਹੜੇ 200 ਵੀਰ ਪੈਨ ਉੱਥੇ ਫਸੇ ਹੋਏ ਹੈਗੇ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਜਲਦੀ ਤੋਂ ਜਲਦੀ ਅਸੀਂ ਇੰਡੀਆ ਲਿਆ ਸਕੀਏ ਇਸ ਮਾਮਲੇ ਤੇ ਯੂਨਾਈਟਿਡ ਸਿਕਸ ਇੰਡੀਅਨ ਗਵਰਨਮੈਂਟ ਦੇ ਨਾਲ ਵੀ ਟੱਚੀ ਚ ਹੈਗੀਏ ਉਹਨਾਂ ਦੇ ਆਫੀਸ਼ੀਅਲਸ ਦੇ ਨਾਲ ਏਵੈਕਿਊਏਸ਼ਨ ਪਲਾਨ ਬਣਾਉਣ ਦੇ ਵਿੱਚ ਸੰਗਤ ਜੀ ਇਸ ਵੇਲੇ ਹੈਗੇ ਆ ਤਿਲਕਨਗਰ ਦੇ ਕਮਿਊਨਿਟੀ ਸੈਂਟਰ ਔਰ ਸਾਡੇ ਨਾਲ ਇਸ ਵੇਲੇ ਯੂਨਾਈਟਿਡ ਸਿਕਸ ਦੇ ਇੰਡੀਆ ਹੈਡ ਸਰਪਵਿੰਦਰ ਸਿੰਘ ਜੁੜ ਚੁੱਕੇ ਨੇ ਫਤਿਹ ਦੀ ਸਾਂਝ ਪਾਨਿਆ ਪਵਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਸਤਿ ਜੀ ਪ੍ਰਵਿੰਦਰ ਜੀ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾ ਯੂਨਾਈਟਿਡ ਸਿਕਸ ਨੇ ਕਹਿ ਸਕਦੇ ਆ ਇੰਡੀਆ ਦੇ ਅੰਦਰ ਦਿੱਲੀ ਦੇ ਅੰਦਰ ਬੜੀ ਵੱਡੀਆਂ ਸੇਵਾਵਾਂ ਨਿਭਾਈਆਂ ਨੇ ਮੈਂ ਚਾਹਨਾ ਕਿ ਇੱਕ ਵਾਰ ਆਪਾਂ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਤੁਹਾਡੀਆਂ ਸੇਵਾਵਾਂ ਦੀ ਡਿਟੇਲਸ ਕਰੀ ਕਿਉਂਕਿ ਕ हां जी विजय मैं संगत नु एक अपडेट देना चाहवांगा कि पिछले लास्ट कोविड तो लेके अस्सी जेड़ा हैगा जेडी ਸਾਡੀ ਐਕਟੀਵिटीज ਰਹੀਏ ਹੈਗੀਆਂ ਜਿਹਦੇ 메జర్ ਕੋਵਿਡ ਦੇ ਵਿੱਚ ਲਾਸਟ ਇਅਰ ਜਦੋਂ ਲਾਕਡਾਊਨ ਲੱਗਿਆ ਸੀ ਉਹਦੇ ਚ ਚਾਹੇ ਉਹ ਕੁਕਡ ਫੂਡ ਹੈਗਾ ਅਸੀਂ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਜਾ ਰਹੇ ਸਨ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਸਾਂ ਉਸ ਤੋਂ ਬਾਅਦ ਜਿੱਥੇ ਸਾਨੂੰ ਆਪਣੇ ਸਿੱਖ ਪਰਿਵਾਰਾਂ ਦੇ ਵਿੱਚੋਂ ਜਾਂ ਕਿਸੇ ਦੀ ਤਰਫੋਂ ਵੀ ਸਾਨੂੰ ਡਰਾਈ ਰਾਸ਼ਨ ਦੀ ਰਿਕੁਐਸਟ ਆਈ ਅਸੀਂ ਉਹ ਵੀ ਕੀਤਾ ਨਾਲ ਦੇ ਨਾਲ ਕੋਵਿਡ ਦੇ ਵਿੱਚ ਸਾਡਾ ਇਹ ਵੀ ਰਿਹਾ ਕਿ ਸੈਕੰਡ ਵੇਵ ਦੇ ਵਿੱਚ ਡੈਥ ਰੇਟ ਬਹੁਤ ਜ਼ਿਆਦਾ ਸੀ ਉਹਦੇ ਵਿੱਚ ਅਸੀਂ ਇੱਕ ਮੋਰਚਰੀ ਵੈਨ ਦੀ ਸੇਵਾ ਸ਼ੁਰੂ ਕੀਤੀ ਹੋਈ ਸੀ ਤੇ ਜਿਹਦੇ ਚ ਅਸੀਂ ਕਹਿ ਸਕਦੇ ਹੈਗੇ ਕਿ ਸਾਡੀ ਟੀਮ ਨੇ ਅਨਫੋਰਚਨਟਲੀ uh, 8 850 ਜਿਹੜੀ ਹੈਗੇ ਇਨ ਬodies ਦਾ ਕਰੀਮੇਸ਼ਨ ਜਿਹੜਾ ਹੈਗਾ ਸਾਡੀ ਟੀਮ ਨੇ ਕੀਤਾ ਹੈਗਾ ਤੇ ਨਾਲ ਦੇ ਨਾਲ ਸਕਿਉਰਿਟੀ ਦੀ ਸਾਰਿਆਂ ਨੂੰ ਪਤਾ ਹੈਗਾ ਕਿ ਆਕਸੀਜਨ ਦੀ ਆਕਸੀਜਨ ਸਿਲੰਡਰ ਕਨਸੈਂਟਰੇਟਰਸ ਦੀ ਸਾਰੀ ਜਿਹੜੀ ਹੈਗੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਿੱਥੇ ਤੱਕ ਹੋ ਸਕਦਾ ਸੀ ਯੂਨਾਈਟਿਡ ਸਟੇਟਸ ਨੇ ਉਹ ਸਾਰੀਆਂ ਚੀਜ਼ਾਂ ਲੋੜਵੰਦ ਬੰਦਿਆਂ ਨੂੰ ਜਿਹੜੇ ਹੈਗੇ ਉਹ ਮੁਹੱਈਆ ਕਰਾਈਆਂ ਤੇ ਇਹ ਤੇ ਇੱਕ ਕੋਵਿਡ ਦਾ ਐਸਪੈਕਟ ਹੈਗਾ ਸੀ ਜਿਹੜਾ ਅਸੀਂ ਕਵਰ ਕਰ ਰਹੇ ਹੈਗੇ ਸੀ ਪਿਛਲੇ ਇਤਨੇ ਟਾਈਮ ਤੋਂ ਤੇ ਇਹਦੇ ਚ ਜਿਹੜਾ ਸੈਕੰਡ ਪਾਰਟ ਹੈਗਾ ਆਪ ਸਭ ਨੂੰ ਪਤਾ ਹੈਗਾ ਕਿ ਆਲਮੋਸਟ 10 11 ਮਹੀਨੇ ਹੋ ਗਏ ਹੈਗੇ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਹੈਗਾ ਤੇ ਕਿਸਾਨ ਮੋਰਚੇ ਦੇ ਵਿੱਚ 1 ਤੋਂ 26 ਨਵੰਬਰ ਨੂੰ ਕਿਸਾਨ ਮੋਰਚਾ ਲੱਗਾ ਸੀ ਉਸ ਦਿਨ ਤੋਂ ਸਾਡੇ ਤਿੰਨ ਬਾਰਡਰ ਜਿਹੜੇ ਹੈਗੇ ਟਿਕਰੀ ਬਾਰਡਰ ਸਿੰਘੂ ਬਾਰਡਰ ਔਰ ਗਾਜ਼ੀਪੁਰ ਤਿੰਨਾ ਤੇ ਸਾਡੇ ਕੈਂਪ ਸੈੱਗਨ ਐ ਆਈ ਦੀ ਡੇਟ ਇਸ ਸਿੰਗੂ ਬਾਰਡਰ ਦੇ ਟਿਕਰੀ ਦੇ ਵਿੱਚ ਇਹ ਸੇਵਾਵਾਂ ਅਸੀਂ ਹਜੇ ਤੱਕ ਵੀ ਜਾਰੀ ਰੱਖੀਆਂ ਜਿਦੇ ਮੈਡੀਕਲ ਕੈਂਪ ਹੋਗੇ ਫਿਜ਼ੀਓਥੈਰੇਪੀ ਹੋਗੀ ਉਸ ਤੋਂ ਇਲਾਵਾ ਜਿਹੜਾ ਹੈਗਾ ਬੇਸਿਕ ਨੀਡਸ ਦੀਆਂ ਜੋ ਵੀ ਆਈਟਮਸ ਹੈਗੀਆਂ ਅਸੀਂ ਜਿਹੜੀਆਂ ਹੈਗੀਆਂ ਉੱਥੇ ਪ੍ਰੋਵਾਈਡ ਕਰਦੇ ਹੈਗਾ ਆਪਣੇ ਕਿਸਾਨ ਵੀਰ ਪੈਣਾ ਨੂੰ ਜਿਹੜਾ ਹੈਗਾ ਕਿਸੇ ਤਰੀਕੇ ਦੀ ਵੀ ਜ਼ਰੂਰਤ ਹੈਗੀਏ ਚਾਹੇ ਉਹ ਦਸਤਾਰਾਂ ਹੈਗੀਆਂ ਪਰਨੇ ਹੈਗੇ ਅੰਡਰਗਾਰਮੈਂਟਸ ਹੈਗੇ ਗਰਮੀ ਦੇ ਮੌਸਮ ਵਿੱਚ ਫੈਨਸ ਹੈਗੇ ਔਰ ਮਸਕਿਟੋ ਨੈਟਸ अगेन ਤਰਪਾਲ ਹੈਗੇਨ بارش ਦੇ ਮੌਜੂਦਨ ਚਾਹੇ ਕਹਿ ਸਕਦੇ ਆ ਅਸੀਂ ਬਰਸਾਤੀ ਚਾਹੀਦੀ ਹੈਗੀ ਔਰ ਅੰਬ੍ਰੇਲਾ ਚਾਹੀਦਾ ਹਰ ਚੀਜ਼ ਉੱਥੇ ਅਸੀਂ ਮੁਹਈਆ ਕਰਾਈ ਹੈਗੀ ਇਹਨਾਂ ਮੋਰਚਿਆਂ ਦੇ ਉੱਤੇ ਜਿਹੜਾ ਹੈਗਾ ਔਰ ਟਿਕਰੀ ਦੇ ਵਿੱਚ ਸਾਡੀ ਟੀਮ ਨੇ ਅੱਜ ਦੀ ਡੇਟ ਇ ਮੈਂ ਕਹਿ ਸਕਦਾ ਹੈਗਾ ਕਿ ਘੱਟ ਤੋਂ ਘੱਟ 35 40 ਜਿਹੜੇ ਹੈਗੇਨ ਰਹਿਣ ਬਸੇਰੇ ਸਾਡੀ ਟੀਮ ਨੇ ਹੀ ਬਿਲਡ ਕਰਕੇ ਦਿੱਤੇ ਹੈਗੇਨ ਉੱਥੇ ਸੰਗਤ ਨੂੰ ਜਿਹੜਾ ਹੈਗਾ ਤੇ ਇਹ ਐਸਪੈਕਟ ਕਿਸਾਨ ਮੋਰਚੇ ਦੇ ਨਾਲ ਜਿਹੜਾ ਹੈਗਾ ਇਸ ਤੋਂ ਇਲਾਵਾ ਸਾਡੀ ਜਿਹੜੀ ਹੈਗੀ ਹੈ ਹੁਣ ਸੈਕੰਡ ਵੇਵ ਤੋਂ ਬਾਅਦ ਸਾਰਿਆਂ ਨੂੰ ਜਿਹੜੀ ਇੱਕ ਲੋਡ ਮਹਿਸੂਸ ਹੋ ਰਹੀ ਸੀ ਕਿ ਵੈਕਸੀਨੇਸ਼ਨ ਉਹ ਅਸੀਂ ਜਿਹੜਾ ਹੈਗਾ ਵੈਕਸੀਨੇਸ਼ਨ ਡਰਾਈਵ ਇਥੇ ਸ਼ੁਰੂ ਕੀਤੀ ਹੋਈ ਹੈਗੀ ਦਿੱਲੀ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦਿੱਲੀ ਦੇ ਵਿੱਚ ਸਾਡਾ ਆਫਿਸ ਜਿਹੜਾ ਹੈਗਾ ਆਪਣਾ ਆ ਰਿਕ੍ਰੀਏਸ਼ਨ ਸੈਂਟਰ ਦੇ ਵਿੱਚ ਹੈਗਾ ਜਿੱਦੇ ਵਿੱਚ ਅਸੀਂ ਇਹ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਔਰ ਡੇਲੀ ਬੇਸਿਸ ਤੇ ਆਲਮੋਸਟ 200 ਦੇ ਕਰੀਬ ਵੈਕਸੀਨੇਸ਼ਨ ਡੇਲੀ ਬੇਸਿਸ ਤੇ ਹੁੰਦੀ ਹੈਗੀ ਹੈ ਔਰ ਚੰਡੀਗੜ੍ਹ ਦਾ ਮੈਂ ਤਾਂ ਆਪ ਜੀ ਨੂੰ ਅਪਡੇਟ ਕਰਦਾ ਅਸੀਂ ਡੇਰਾ ਬੱਸੀ ਔਰ ਉਹਦੇ ਐਡਜੋਇਨਿੰਗ ਜਿਤਨੇ ਏਰੀਆ ਹੈਗੇ ਸਾਡਾ ਟਾਰਗੇਟ 10000 ਦਾ ਅਸੀਂ ਲੈ ਕੇ ਚੱਲੇ ਸੀ ਜਿਹਦੇ ਚੋਂ ਅਸੀਂ 7000 ਅਚੀਵ ਕਰ ਚੁੱਕੇ ਹਾਂ ਪਲੱਸ ਇਸ ਤੋਂ ਇਲਾਵਾ ਸੀ ਇੱਕ ਸਪੈਸ਼ਲ ਕੈਂਪ ਸੁਖਨਾ ਲੈਕ ਦੇ ਉੱਤੇ ਲਗਾਇਆ ਹੋਇਆ ਹੈਗਾ ਤੇ ਜਿਹਦੇ ਚ ਅਸੀਂ 5000 ਦਾ ਟਾਰਗੇਟ ਆਲਰੇਡੀ ਅਚੀਵ ਕਰ ਚੁੱਕੇ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਸਾ ਪਰਮੇਂਦਰ ਜੀ ਮੈਂ ਤੁਹਾਨੂੰ ਇੱਥੇ ਰੁਕਾਂਗਾ ਅਫਗਾਨਿਸਤਾਨ ਦਾ ਇੱਕ ਮੁੱਦਾ ਬੜਾ ਵੱਡਾ ਹੈਗਾ ਪੂਰੇ ਵਰਲਡ ਦੀਆਂ ਨਿਗਾਹਾਂ ਜਿਹੜੀਆਂ ਇਸ ਵੇਲੇ ਨੇ ਤਾਲੀਬਾਨ ਔਰ ਅਫਗਾਨਿਸਤਾਨ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਨੇ ਅੱਜ ਤੋਂ ਤਕਰੀਬਨ 4-5 ਮਹੀਨੇ ਪਹਿਲੇ ਜਿਸ ਵੇਲੇ ਉੱਥੋਂ ਦੇ ਕੁਝ ਪਰਿਵਾਰ ਆਏ ਸਨ ਤੇ ਤੁਹਾਡੇ ਵੱਲੋਂ ਉਹਨਾਂ ਦੀ ਪੂਰੇ ਸਮਾਨ ਪੂਰੀ ਐਸੈਸਰੀ ਤੁਸੀਂ ਦਿੱਤੀ ਸੀ ਉਹਨੂੰ ਵੀ ਕਵਰ ਕੀਤਾ ਸੀ ਤੇ ਹੁਣ ਪ੍ਰੈਜ਼ੈਂਟ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਜਿਹੜੇ ਉੱਥੇ ਦੇ ਸਿੱਖ ਇੱਥੇ ਪਹੁੰਚੇ ਨੇ ਉਹ ਤੁਹਾਡੇ ਟੱਚ 'ਚ ਨੇ ਉਹਨਾਂ ਦੇ ਲਈ ਕੀ ਕੀ ਕੰਮ ਕਰ ਰਹੀ ਯੂਨਾਈਟਿਡ ਮੈਂ ਇੱਥੇ ਸੰਗਤ ਨੂੰ ਜਿਹੜੇ ਵੀ ਅਫਗਾਨ ਕਮਿਊਨਿਟੀ ਦੇ ਲਾਸਟ ਇਅਰ ਆਏ ਸਨ ਮਾਰਚ ਦੇ ਬੰਬਰ ਡੈਕ ਅਟੈਕ ਤੋਂ ਬਾਅਦ ਜੁਲਾਈ ਤੋਂ ਲੈ ਕੇ ਸੈਪਟੈਂਬਰ ਦੇ ਵਿੱਚ ਉਹ ਅਸੀਂ ਜਿੰਨੇ 400 ਪਲੱਸ ਲੋਕ ਆਏ ਸਨ ਜਿਦੇ ਚੋਂ ਅਸੀਂ ਤਕਰੀਬਨ 11 ਪਰਿਵਾਰ ਕਹਿ ਲੋ ਜਾਂ 60 ਸ਼ਰੀਰ ਕਹਿ ਲੋਗੇ ਜਿਹੜੇ ਹੈਗੇ ਉਹਨਾਂ ਨੂੰ ਅਸੀਂ 1 ਸਾਲ ਆਸ ਤੇ ਸਪਾਂਸਰਸ਼ਿਪ ਦਿੱਤੀ ਹੈਗੀ ਇਹ ਉਹ 1 ਸਾਲ ਦੀ ਸਪਾਂਸਰਸ਼ਿਪ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਮੋਨੈਟਰੀ ਹੈਲਪ ਵੀ ਕਰ ਰਹੇ ਹੈਗੇ ਪਲੱਸ ਜਿਹੜਾ ਹੈਗਾ ਉਹਨਾਂ ਨੂੰ ਮੰਥਲੀ ਬੇਸਿਸ ਤੇ ਜੋ ਰਾਸ਼ਨ ਸਰਵਿਸਿਜ਼ ਹੈਗੀਆਂ ਉਹ ਵੀ ਉਹਨਾਂ ਨੂੰ ਮੁਹੱਈਆ ਕਰਾ ਰਹੇ ਹੈਗੇ ਆ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਮੈਡੀਕਲ ਦੀ ਸਭ ਨਾਲ ਵੱਡੀ ਰਿਕੁਆਇਰਮੈਂਟ ਸੀ ਜਿਹੜੇ ਪਰਿਵਾਰ ਸਾਡੇ ਕੋਲ ਸਪਾਂਸਰਸ਼ਿਪ ਹੋ ਕੇ ਆਏ ਸਨ ਉਹਨਾਂ ਦੇ ਬਹੁਤ ਸਾਰੇ ਐਸੇ ਲੋਕ ਸਨ ਜਿਹੜੇ ਬਿਮਾਰ ਸਨ ਉਹਨਾਂ ਦੀ ਜਿਹੜੀ ਅਸੀਂ ਸੇਵਾ ਜਿਹੜੀ ਇਸ ਤਰੀਕੇ ਨਾਲ ਕਰ ਰਹੇ ਆ ਕਿ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਕੋਈ ਇੰਡੀਅਨ ਆਇਡੈਂਟੀਟੀ ਨਹੀਂ ਸੀ ਜਿਸ ਦੇ ਕਰਕੇ ਉਹ ਗਵਰਨਮੈਂਟ ਫੈਸਿਲਿਟੀ ਅਵੇਲ ਨਹੀਂ ਕਰ ਸਕਦੇ ਸਨ ਤੇ ਉਹਦੇ ਵਾਸਤੇ ਅਸੀਂ ਇਹ ਕੀਤਾ ਕਿ ਆਪਣੇ ਲੋਕਲ ਜਿਹੜਾ ਹੈਗਾ ਦਿੱਲੀ ਗਵਰਨਮੈਂਟ ਨੂੰ ਅਪਰੋਚ ਕਰਕੇ ਸਾਡੇ ਲੋਕਲ ਐਮਐਲਏ ਨੇ ਸਾਨੂੰ ਸਪੋਰਟ ਕੀਤਾ ਤੇ ਅਸੀਂ ਸਾਰੇ ਹੀ ਉਹਨਾਂ ਨੂੰ ਜਿਹੜਾ ਹੈਗਾ ਮੁਹੱਲਾ ਕਲੀਨਿਕਸ ਹੋ ਗਏ ਜਾਂ ਗੁਰਗੋਵਿੰਦ ਸਿੰਘ ਹਸਪੀਟਲ ਸਾਡੇ ਵੈਸਟ ਦਿੱਲੀ ਦੇ ਵਿੱਚ ਵੱਡਾ ਹਸਪੀਟਲ ਗਵਰਨਮੈਂਟ ਹੈਗਾ ਉਹਨਾਂ ਦੇ ਥਰੂ ਪਲੱਸ ਸਾਡੇ ਕੋਲ ਤਿੰਨ ਕੇਸ ਆਏ ਸਨ ਜਿਹੜੇ ਪ੍ਰੈਗਨੈਂਟ ਔਮਨਸ ਤੇ ਦੋ ਦੀ ਅਸੀਂ ਆਲਰੇਡੀ ਡਿਲੀਵਰੀ ਕਰਾ ਚੁੱਕੇ ਹੈਗੇ ਆ ਇੱਕ ਥਰਡ ਡਿਲੀਵਰੀ ਜਿਹੜੀ ਸਾਡੀ ਪੈਂਜੀ ਦੀ ਹੈਗੀ ਉਹ ਨੈਕਸਟ ਵੀਕ ਦੇ ਵਿੱਚ ਹੈਗੀ ਉਹ ਅਸੀਂ ਸਾਰਾ ਕੁਝ ਇਸ ਚੀਜ਼ ਨੂੰ ਕਵਰ ਕਰ ਰਹੇ ਹੈਗੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਉਪਰਾਲਾ ਹੈਗਾ ਕਿ ਜਿਹੜੇ ਵੀ 46 ਔਰ 24 ਮੈਂਬਰਸ ਅਜੇ ਤੱਕ ਅਫਗਾਨਿਸਤਾਨ ਤੋਂ ਇੱਥੇ ਇੰਡੀਆ ਚਾਇਨ ਔਰ ਮੋਸਟਲੀ ਸਾਰੇ ਜਿਹੜੇ ਹੈਗੇ ਵੈਸਟ ਦਿੱਲੀ ਦੇ ਵਿੱਚ ਹੀ ਸਟੇ ਕਰ ਰਹੇ ਹੈਗੇ ਉਹ ਸਾਡੇ ਟੱਚ ਇਸ ਹੈਗੇ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ 200 ਵੀਰ ਪੈਨ ਉੱਥੇ ਫਸੇ ਹੋਏ ਹੈਗੇ ਉਹਨਾਂ ਨੂੰ ਵੀ ਕਿਸੇ ਤਰੀਕੇ ਜਲਦੀ ਤੋਂ ਜਲਦੀ ਅਸੀਂ ਇੰਡੀਆ ਲਿਆ ਸਕੀਏ ਇਸ ਮਾਮਲੇ ਚ ਯੂਨਾਈਟਿਡ 6 ਇੰਡੀਅਨ ਗਵਰਨਮੈਂਟ ਦੇ ਨਾਲ ਵੀ ਟੱਚ ਹੀ ਚ ਹੈਗੇ ਉਹਨਾਂ ਦੇ ਆਫੀਸ਼ੀਅਲਸ ਦੇ ਨਾਲ ਏਵੈਕੂਏਸ਼ਨ ਪਲਾਨ ਬਣਾਉਣ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਤੋਂ ਹੈ ਤੇ ਅਸੀਂ ਇਹਨਾਂ ਨੂੰ ਵੀ ਰੀਸੈਟਲ ਕਰਨ ਦੀ ਕੋਸ਼ਿਸ਼ ਕਰ ਗਏ ਪੁਰਾਣੇ ਵਾਲੇ ਪਰਿਵਾਰਾਂ ਦੇ ਵਿੱਚੋਂ ਅਸੀਂ ਹੁਣ ਸ਼ੁਰੂਆਤ ਕੀਤੀ ਹੈਗੀ ਕਿਉਂਕਿ ਸਾਡਾ 1 ਇਅਰ ਦੀ ਸਪਾਂਸਰਸ਼ਿਪ ਖਤਮ ਹੋਣ ਵਾਲੀ ਹੈ ਕਿ ਇਹਨਾਂ ਦੀ ਅਕਟੂਬਰ ਦੇ ਵਿੱਚ ਅਕਟੂਬਰ ਲਾਸਟ ਹੈਗਾ ਇਹਨਾਂ ਦਾ ਤੇ ਅਸੀਂ ਉਸ ਤੋਂ ਪਹਿਲੇ ਕੋਸ਼ਿਸ਼ ਕਰ ਰਹੇ ਹਾਂ ਕਿ ਅਗਰ ਕਿਸੇ ਦੀ ਜੌਬ ਲਗਵਾ ਸਕੀਏ ਇੱਕ ਦੋ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਸਮਾਲ ਬਿਜ਼ਨੈਸਸ ਓਪਨ ਕਰਕੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਵਿਦਨ ਅ ਵੀਕ ਔਰ 10 ਡੇਸ ਦੇ ਵਿੱਚ ਹੋ ਜਾਣਗੇ ਤੇ ਜਿਸਤੇ ਕਰਕੇ ਕਿ ਉਹ ਸੈਲ ਸਸਟੇਨ ਹੋ ਸਕਣ ਕੱਲ ਨੂੰ ਉਹਨਾਂ ਦੇ ਕਿਸੇ ਦੇ ਉੱਤੇ ਕਿਸੇ ਵੀ ਸੰਸਥਾ ਦੇ ਡਿਪੈਂਡੈਂਟ ਨਾ ਰਹਿਣਾ ਪਵੇ ਤੇ ਇਹ ਸਾਰੇ ਜਿਹੜੇ ਹੈਗੇ ਨੇ ਅਫਗਾਨਿਸਤਾਨ ਦੇ ਵਿੱਚ ਪਲਸ ਇੱਕ ਹੋਰ ਵਾਲਾ ਹੋਰ ਵੀ ਹੈਗਾ ਜਿਹੜੀ ਸਾਡੀ ਯੂनाइटेड 6 ਇੰਡੀਆ ਪਲੱਸ ਇੰਟਰਨੈਸ਼ਨਲ ਚੈਪਟਰ ਕਰ ਰਿਹਾ ਹੈਗਾ ਜਿਹਦੇ ਚ ਹੈਗਾ ਕਿ ਅਸੀਂ ਕੋਸ਼ਿਸ਼ ਕਰਕੇ ਇਹਨਾਂ ਨੂੰ ਕੈਨੇਡਾ ਯੂ ਐਸ ਏ ਕਿੱਥੇ ਅਸੀਂ ਮੂਵ ਕਰਾ ਸਕੀਏ ਸਾਡਾ ਕੈਨੇਡੀਅਨ ਚੈਪਟਰ ਜਿਹੜਾ ਹੈਗਾ ਆਲਰੇਡੀ ਕੈਨੇਡੀਅਨ ਗਵਰਨਮੈਂਟ ਦੇ ਨਾਲ ਇਨ ਟੱਚ ਹੈ ਜਦਕਿ ਕੈਨੇਡਾ ਕੈਨੇਡਾ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਕਿ ਅਸੀਂ 20000 ਰਿਫਿਊਜੀਸ ਅਸੀਂ ਲੈਂਡ ਨੂੰ ਤਿਆਰ ਰਹਿ ਗਏ ਹਾਂ ਇਸ ਸਾਲ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈਗੀ ਕਿ ਜਿਹੜੇ ਸਾਡੇ Hindu ਔਰ Sikh ਪਰਾ ਜਿਹੜੇ ਅਫਗਾਨਿਸਤਾਨ ਤੋਂ ਆਏ ਹੋਏ ਨੇ ਜਿਹੜੇ ਇੱਥੇ ਕਈ ਸਾਲਾਂ ਤੋਂ ਵੀ ਰਹਿ ਰਹ ਤੈਸੀ ਉਹਨਾਂ ਨੂੰ ਉੱਥੇ ਮੂਵ ਕਰ ਸਕੀ ਔਰ ਬੈਟਰ ਲਾਈਫ ਪ੍ਰੋਵਾਈਡ ਕਰਵਾ ਸਕੀ ਜਿਸ ਤਰੀਕੇ ਦੇ ਨਾਲ ਅੱਜ ਕੱਲ ਦਾ ਮੌਜੂਦਾ ਹਾਲਾਤ ਹੈ ਮੈਂ ਇੱਥੇ ਦੱਸਣਾ ਚਾਹਾਂਗਾ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮਾਫ ਕਰਨਾ ਮੈਨੂੰ ਕਹਿਣਾ ਨਹੀਂ ਚਾਹੀਦਾ ਬਟ ਕੰਪੈਰੀਜ਼ਨ ਜਦੋਂ ਆਉਂਦਾ ਹੈ ਤਾਂ ਡਿਸਕਸ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ ਆਦੀ ਰੇਟੀ ਲੋਕੀ ਛੋਟੇ-ਛੋਟੇ ਐਨਜੀਓ ਦੇ ਤੌਰ 'ਤੇ 100 ਰੁਪਏ ਦਾ ਸਮਾਨ ਨੂੰ ਵੰਡਦੇ ਨੇ ਤੇ ਉਹਨੂੰ ਪ੍ਰੋਪਰ ਗਲੋਰੀਫਾਈ ਕਰਕੇ ਮੀਡੀਆ ਦੇ ਅੰਦਰ ਇੱਕ ਪ੍ਰੋਪਰ ਤਰੀਕੇ ਨਾਲ ਕੈਂਪੇਨ ਦਿਖਾਉਂਦੇ ਅਸੀਂ ਇੰਨੀ ਵੱਡੀ ਸੇਵਾ ਕਰ ਲਈ ਇੱਕ ਮੈਟੀਰੀਅਲਾਈਜ਼ਡ ਵਰਲਡ ਤੁਸੀਂ ਇੰਡੀਆ ਦੇ ਅੰਦਰ ਇਹਨੇ ਸਾਰੇ ਪ੍ਰੋਜੈਕਟਸ ਕਰ ਰਹੇ ਹੋ ਬਟ ਮੈਨੂੰ ਮੈਂ ਉਹ ਆਨ ਰਿਕਾਰਡ ਅਲਾਉਸ کہہ ਰਹੇਗਾ ਬਟ ਮੈਨੂੰ ਤੁਹਾਡੀ ਕਵਰੇਜ ਨਹੀਂ ਦੇਖੀ ਮੀਡੀਆ ਕਵਰੇਜ ਨਹੀਂ ਕਰ ਰਿਹਾ ਜਾਂ ਤੁਸੀਂ ਮੀਡੀਆ ਦੇ ਨਾਲ ਗੱਲ ਨਹੀਂ ਕਰਦੇ ਬਿਕੋਜ਼ ਇੰਨੀ ਵੱਡੀਆਂ ਸੇਵਾਵਾਂ ਤੁਸੀਂ ਕਰ ਰਹੇ ਹੋ ਅਫਗਾਨਿਸਤਾਨ ਦੀ ਗੱਲ ਕਰ ਲਈਏ ਵੈਕਸੀਨੇਸ਼ਨ ਦੀ ਗੱਲ ਕਰ ਲਈਏ ਇਹ ਪ੍ਰੋਜੈਕਟ ਤੁਹਾਡੇ ਚੱਲ ਰਹੇ ਨੇ ਬਲਕਿ ਮੈਨੂੰ ਖੁਦ ਅੱਜ ਤੁਹਾਡੇ ਨਾਲ ਗੱਲ ਕਰਕੇ ਖੁਦ ਹੈਰਾਨੀ ਹੋਈ ਕਿ ਜਦੋਂ ਤੋਂ ਕਿਸਾਨ ਮੌਜਾ ਜ 9.5 ਮਹੀਨੇ ਤੋਂ ਬਾਅਦ ਹੋਣ ਵਾਲੇ ਨੇ ਸੇਵਾਵਾਂ ਲਗਾਤਾਰ ਜਾਰੀ ਨੇ ਮੀਡੀਆ ਦੇ ਪ੍ਰੋਗਰਾਮਾਂ ਦੇ ਅੰਦਰ 26 ਕਿਉਂ ਮੀਡੀਆ ਤਾਂ ਨਹੀਂ ਪੌਂਟਸ ਨਹੀਂ ਦਿੰਦਾ ਪਰ ਤੋਂ ਪੈਸੇ ਦੀ ਡਿਮਾਂਡ ਹੁੰਦੀ ਹੈ ਯਾਰ ਰੀਜ਼ਨ ਕੀ ਆ ਤੁਸੀਂ ਮਾਫ ਕਰਨਾ ਮੀਡੀਆ ਨੂੰ ਨਹੀਂ ਬੁਲਾਉਂਦੇ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਮੀਡੀਆ ਦੇ ਵਿੱਚ ਕਵਰੇਜ ਵੀ ਸਾਡੀਆਂ ਹੋਈਆਂ ਹਨ ਹਾਂ ਪਰ ਹਜੇ ਤੱਕ ਸਾਡਾ ਇਹ ਸੀ ਕਿ ਅਸੀਂ ਥੋੜਾ ਜਨਾ ਸੋਸ਼ਲ ਮੀਡੀਆ ਅਸੀਂ ਆਪਣੇ ਸ਼ਾਈ ਕਹਿ ਸਕਦੇ ਹਾਂ ਕਿ ਅਸੀਂ ਇਤਨਾ ਜ਼ਿਆਦਾ ਸਾਡਾ ਸ਼ੁਰੂਆਤ ਤੋਂ ਇਹੀ ਰਹਿ ਗਿਆ ਕਿ ਹਾਂ ਸੇਵਾ ਕਰਨਾ ਸਾਡਾ ਮੇਨ ਮੋਟਿਵ ਜਿਹੜਾ ਹੈਗਾ ਸੇਵਾ ਕਰਨ ਉਹ ਨਹੀਂ ਹੈਗਾ ਕਿ ਹਾਂ ਜਿਸ ਤਰ੍ਹਾਂ ਤੁਸੀਂ ਵੀਰ ਜੀ ਦੱਸਿਆ ਕਿ 100 ਰੁਪਏ ਦਾ ਵੀ ਕੰਮ ਕਰਕੇ ਉਹਨੂੰ ਜਿਹੜਾ ਹੈਗਾ ਹਜ਼ਾਰਾਂ ਲੱਖਾਂ ਦੇ ਵਿੱਚ ਪ੍ਰੋਪਗੇਟ ਕਰਨਾ ਉਹ ਸਾਡਾ ਜਿਹੜਾ ਹੈਗਾ ਉਹ ਟਾਰਗੇਟ ਨਹੀਂ ਹੈਗਾ ਜਾਂ ਸਾਡੀ ਸੋਚ ਨਹੀਂ ਹੈਗੀ ਬਟ ਹਾਂ ਹੁਣ ਅਸੀਂ ਇੱਕ ਚੀਜ਼ ਨੂੰ ਰਿਅਲਾਈਜ਼ ਕੀਤਾ ਹੈਗਾ ਕਿ ਜਦ ਤੱਕ ਅਸੀਂ ਐਡਵੋਕੇਸੀ ਨਹੀਂ ਕਰਾਂਗੇ ਅਸੀਂ ਆਪਣੇ ਕੰਮ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਤੇ ਉਹ ਇੱਕ ਬੜਾ ਮੁਸ਼ਕਿਲ ਹੈਗਾ ਕਿ ਅਸੀਂ ਇਸ ਚੀਜ਼ ਨੂੰ ਸੰਗਤ ਦੇ ਮੋੜੇ ਰੱਖ ਸਕੀਏ ਕਿਉਂਕਿ ਸੰਗਤ ਨੂੰ ਅਵੇਅਰ ਕਰਾਣਾ ਇਸ਼ੂਜ਼ ਦੇ ਨਾਲ ਇਹ ਬਹੁਤ ਜ਼ਰੂਰੀ ਹੈ ਤੇ ਹੁਣ ਆਉਣ ਵਾਲੇ ਸਮੇਂ ਤੇ ਤੁਸੀਂ ਇਹ ਨੋਟਿਸ ਕਰੋਗੇ ਕਿ ਅਸੀਂ ਮੀਡੀਆ ਦੇ ਵਿੱਚ ਜਿੰਨਾ ਮੈਕਸਿਮਮ ਹੋਏਗਾ ਅਸੀਂ ਆਪਣੇ ਕੰਮ ਨੂੰ ਦੱਸਾਂ ਇਹ ਨਹੀਂ ਕਿ ਅਸੀਂ ਕਰ ਰਹੇ ਹਾਂ ਤੇ ਦੱਸਣਾ ਚਾਹੁੰਦੇ ਹਾਂਗਾ ਉਹ ਸਾਡਾ ਮੋਟਿਵ ਨਹੀਂ ਹੈਗਾ ਹਾਂ ਪਰ ਸੰਗਤ ਨੂੰ ਅਪਡੇਸ਼ਨ ਹੋਣੀ ਚਾਹੀਦੀ ਹੈ ਕਿ ਇਹ ਇਸ਼ੂਜ਼ ਕੀ ਹੈਗੇਨ ਉਹ ਸੰਗਤ ਸਰੂਪ ਉਹ ਸਾਨੂੰ ਕਿਸ ਤਰੀਕੇ ਨਾਲ ਸਪੋਰਟ ਕਰ ਸਕਦੇ ਹੈਗੇ ਬਿਲਕੁਲ ਸੰਗਰੇ ਜੀ ਆਪਾਂ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਨਾਲ ਸਰ ਪ੍ਰਵਿੰਦਰ ਸਿੰਘ ਜੀ ਨੇ ਗੱਲ ਰੱਖੀ ਹੈਗੀ ਆਪਣੀ ਟੀਵੀ 84 ਦੇ ਪਲੇਟਫਾਰਮ ਦੇ ਅੰਦਰ ਅਗਰ ਵੀਜੀ ਦੀ ਵੀ ਆਜੇ ਹਾਂ ਹੁੰਦੀ ਹੈ ਜੋ ਅਸੀਂ ਸਾਡੀ ਡਿਸਕਸ਼ਨ ਚੱਲ ਰਹੀ ਹੈ ਔਨ ਕੈਮਰਾ ਤੁਸੀਂ ਦੇਖ ਰਹੇ ਹੋ ਆਪਣੇ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਜੋ-ਜੋ ਪ੍ਰੋਜੈਕਟਸ ਯੂਨਾਈਟਿਡ ਸਿਕਸ ਦੇ ਚੱਲ ਰਹੇ ਨੇ ਸਾਡੀ ਕੋਸ਼ਿਸ਼ ਹੈਗੀ ਕਿ ਵੀਜੀ ਦੇ ਨਾਲ ਅਨਰਥੀ ਸਪੋਰਟ ਦੇ ਨਾਲ ਹਰ ਜਗ੍ਹਾ ਨੂੰ ਵਿਜ਼ਿਟ ਕਰਕੇ ਜਿਹੜੇ ਪ੍ਰੋਜੈਕਟਸ ਹੈਗੇ ਨੇ ਅਸੀਂ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਲਿਆਵਾਂਗੇ ਕਿਉਂਕਿ ਦੂਸਰਿਆਂ ਦੀ ਗੱਲਾਂ ਨਾ ਕਰੀਏ ਅਸੀਂ ਆਪਣੇ ਕੰਮ ਦੀ ਗੱਲ ਕਰੀਏ ਅਗਯੂਨਾਈਟਿਡ 6 ਅੱچھے ਕੰਮ ਕਰ ਰਹੀ ਹੈ ਤੇ ਮੈਂ ਕਹਾਂਗਾ ਕਿ ਆਪਾਂ ਇੱਕ ਪ੍ਰੋਗਰਾਮ ਦੀ ਸੀਰੀਜ਼ ਦੇ ਤੌਰ ਦੇ ਉੱਤੇ ਹਰ ਪ੍ਰੋਜੈਕਟ ਨੂੰ ਸਾਹਮਣੇ ਲੈ ਬਿਲਕੁਲ ਵੀ ਜੀ ਮੈਂ ਇਹੀ ਕਹਿਣਾ ਚਾਹਾਂਗਾ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਟੀਵੀ 84 ਨੂੰ ਕਿ ਜਿਹੜੇ ਅਸੀਂ ਸਾਡੇ ਜਿਹੜੇ ਉਪਰਾਲੇ ਅਸੀਂ ਕੀਤੇ ਹੋਏ ਅਸੀਂ ਵੀਕਲੀ ਬੇਸਿਸ ਤੇ ਇੱਕ ਸੀਰੀਜ਼ ਦੇ ਤੌਰ ਤੇ ਇੱਕ ਵੀਕ ਜਿਹੜਾ ਹੈਗਾ ਅਸੀਂ ਕਿਸਾਨ ਮੋਰਚੇ ਨੂੰ ਕਵਰ ਕਰਕੇ ਇੱਕ ਵੀਕ ਜਿਹੜਾ ਹੈਗਾ ਅਸੀਂ ਆਪਣਾ ਅਫਗਾਨਿਸਤਾਨ ਦੇ ਈਸ਼ੂ ਨੂੰ ਲੈ ਕੇ ਬਾਕੀ ਸਾਡਾ ਮੋਰਚੀ ਵੈਂਸ ਹੋ ਗਿਆ ਜਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਜਿਹੜਾ ਹੈਗਾ ਅਸੀਂ ਸਾਡੇ ਕੋਲ ਦੋ ਐਂਬੂਲੈਂਸਿਸ ਆਈਸੀਯੂ ਫੈਸਿਲਿਟੀਆਂ ਵਾਲੀਆਂ ਸਾਡੇ ਕੋਲ ਅਵੇਲੇਬਲ ਹੋਈਆਂ ਨੇ ਹੁਣੇ ਰੀਸੈਂਟਲੀ ਤੇ ਅਸੀਂ ਉਹ ਸਰਵਿਸਿਜ਼ ਵੀ ਐਸੀ ਜਿਹੜਾ ਹੈਗਾ ਸੰਗਤ ਨੂੰ ਪ੍ਰੋਵਾਈਡ ਕਰਨਾ ਚਾਹ ਰਹੇ ਹਾਂ ਤੇ ਇਹ ਸਾਰੀਆਂ ਇੱਕ ਸੀਰੀਜ਼ ਦੇ ਤੌਰ ਤੇ ਸੰਗਤ ਨੂੰ ਅਪਡੇਟ ਕਰਦੀ ਹੈ ਕਿ ਜਿਹੜਾ ਹੈਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਹੁਣ ਇੱਕ ਹੋਰ ਸਭ ਨਾਲ ਵੱਡੀ ਚੀਜ਼ ਹੈਗੀ ਮੈਂ ਸੰਗਤ ਆਪ ਦੇ ਰਾਈ ਜਿਹੜਾ ਹੈਗਾ ਇੱਕ ਮੈਸੇਜ ਦੇਣਾ ਚਾਹਾਂਗਾ ਕਿਥੇ ਨਾ ਕਿਥੇ ਸੁਣਨ ਨੂੰ ਆ ਰਿਹਾ ਹੈ ਕਿ 3rd ਵੇਵ ਬੜੀ ਜਲਦੀ ਇੰਡੀਆ ਨੂੰ ਹਿੱਟ ਕਰੇਗੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਸੰਗਤ ਦੇ ਸਹਿਯੋਗ ਨਾਲ ਅਸੀਂ ਅੱਜ ਦੀ ਡੇਟ 'ਚ 3rd ਵੇਵ ਦੇ ਸਾਹਮਣੇ ਅਸੀਂ ਕਹਿ ਸਕਦੇ ਹਾਂ ਕਿ ਯੂਨਾਈਟਿਡ ਸਿਕਸ ਨੇ ਆਪਣੇ ਆਪ ਨੂੰ ਲੈਸਨ ਲਰਨ ਕਰਕੇ ਸੈਕਿੰਡ ਵੇਵ ਤੋਂ ਅਸੀਂ ਆਪਣੇ ਆਪ ਨੂੰ ਪ੍ਰੀਪੇਅਰ ਕੀਤਾ ਹੋਇਆ ਹੈ ਚਾਹੇ ਉਹ ਆਕਸੀਜਨ ਕਨਸੈਂਟਰੇਟਰ ਸੈਕਿੰਡ चाहे वो जो है ईवन वेंटिलेटर फैसिलिटीज़ है या ऑक्सीजन सिलेंडर्स है वी आर रेडी फॉर प्रिपेयर्ड फॉर द थर्ड वेव वाहगुरु ना करे ऐसी कोई होए वापरे पर हाँ प्रिपरेशन हैगी ਬਿਲਕੁਲ ਸੰਗਤ ਜੀ ਸੰਗਤਾਂ ਲਈ ਖੁਸ਼ੀ ਦੀ ਗੱਲ ਹੈਗੀ ਕਿ ਆਪਾਂ ਹੁਣ ਟੀਵੀ 84 ਔਰ ਯੂਨਾਈਟਿਡ 6 ਦੇ ਨਾਲ ਇੱਕ ਸਾਂਝੇ ਤੌਰ ਤੇ ਘਟੋ ਘੜ ਜੋ ਇੰਡੀਆ ਦੇ ਅੰਦਰ ਰਹਿਣਾ ਜੋ ਉਪਰਾਲੇ ਚੱਲ ਰਹੇ ਹੈਗੇ ਨੇ ਅਸੀਂ ਆਉਣ ਵਾਲੇ ਦਿਨਾਂ ਜਿਵੇਂ ਸਾਡੇ ਨਾਲ ਵੀ ਜੀ ਨੇ ਓਪਨਲੀ ਕਰ ਦਿੱਤਾ ਹੈਗਾ ਕਿ ਆਪਾਂ ਇੱਕ ਪ੍ਰੋਗਰਾਮ ਜਿਵੇਂ ਅਫਗਾਨਿਸਤਾਨ ਦੇ ਸਿੱਖਾਂ ਦੇ ਨਾਲ ਗੱਲਬਾਤ ਹੋ ਗਈ ਉਹਨਾਂ ਦੇ ਲੀਡਰਸ ਦੇ ਨਾਲ ਹੋ ਗਈ ਜੋ ਯੂਨਾਈਟਿਡ 6 ਵੱਲੋਂ ਵਰਕ ਚੱਲ ਰਿਹਾ ਹੈਗਾ ਆਪਾਂ ਉਹਨੂੰ ਕਵਰ ਕਰ ਸਕਦੇ ਆ ਇੱਕ ਹਫਤੇ ਆਪਾਂ ਜੋ ਇਹਨਾਂ ਦੀ ਐਮਬੂਲੈਂਸ ਸਰਵਿਸਿਜ਼ ਹੈਗੀਆਂ ਨੇ ਮੈਡੀਕਲ ਸਰਵਿਸਿਜ਼ ਹੈਗੇ ਨੇ ਆਪਾਂ ਉਹਨਾਂ ਨੂੰ ਕਵਰ ਕਰ ਕਿਸਾਨ ਮੋਰਚੇ ਤਿੰਨ ਤਿੰਨ ਮੋਰਚੇ ਹੈਗੇ ਨੇ ਤਿੰਨਾਂ ਮੋਰਚਿਆਂ ਦੇ ਉੱਤੇ ਨੈਟ 6 ਕੀ ਕਰ ਰਹੀ ਹੈ ਇਹਨਾਂ ਨਾਲ ਮਿਲ ਕੇ ਜਾਂ ਮਾਫ ਕਰਨਾ ਇਹਨਾਂ ਨੂੰ ਬਿਨਾਂ ਦੱਸੇ ਇੱਕ ਜਿਹਨੂੰ ਕਹਿੰਦੇ ਨੇ ਨਾ ਕਿ ਅਚਾਨਕ ਜਾ ਕੇ ਆਪਾਂ ਉਹ ਸਰਵਿਸ ਵੀ ਜ਼ਰੂਰ ਕਰਾਂਗੇ ਬਹੁਤ ਜ਼ਰੂਰੀ ਹੈ ਮੈਂ ਉਹੀ ਕਹਾਂਗਾ ਕਿ ਅਚਨਚੇ ਜਾਓ ਤਾਈਂ ਪਤਾ ਲੱਗੇਗਾ ਕਿ ਕਥਨੀ ਔਰ ਕਰਨੀ ਦੇ ਵਿੱਚ ਕੀ ਫਰਕ ਹੈਗਾ ਕਈ ਵਾਰੀ ਹੁੰਦਾ ਬੰਦਾ ਕਹਿ ਦਿੰਦਾ ਕਿ ਹਾਂਜੀ ਅਸੀਂ ਕਰ ਰਹੇ ਹਾਂ ਪਰ ਗਰਾਊਂਡ ਰਿਐਲਿਟੀ ਉਹ ਨਹੀਂ ਹੁੰਦੀ अगेन ਇਟਸ ਬੈਟਰ ਜਿਹੜਾ ਜਿਹਨੂੰ ਕਹਿੰਦੇ ਨਾ ਸੈਲਫ ਚੈੱਕ ਉਤੋ ਅਸੀਂ ਚਾਹਾਂਗੇ ਕਿ ਟੀਵੀ 84 ਦੇ ਮਾਧਿਅਮ ਉਹ ਖੁਦ ਸੈਲਫ ਚੈੱਕ ਕਰਨ ਤੇ ਉਹ ਸੰਗਤ ਨੂੰ ਦੱਸਣ ਕਿ ਹਾਂ ਨਹੀਂ ਜੋ ਕਹਿ ਰਹੇ ਹੈਗੇਨ ਯੂਨਾਈਟਿਡ ਸੀ ਉਸ ਤੇ ਪੂਰਾ ਉਤਰ ਰਹੀ ਹੈਗੀ ਬਿਲਕੁਲ ਜੀ ਟੀਵੀ 84 ਰ ਪੰਥਕ ਪਲੇਟਫਾਰਮ ਹੈਗਾ ਤੁਹਾਡੀ ਆਵਾਜ਼ ਹੈਗਾ ਆਣ ਵਾਲੇ ਦਿਨਾਂ ਦੇ ਅੰਦਰ ਆਪਾਂ ਯੂਨਾਈਟਿਡ ਸੀ ਦੇ ਹਰ ਪ੍ਰੋਗਰਾਮ ਨੂੰ ਹਰ ਪ੍ਰੋਜੈਕਟ ਨੂੰ ਇਹਨਾਂ ਦੀ ਨੌਲੇਜ ਵਿੱਚ ਲਿਆ ਕੇ ਔਰ ਇਹਨਾਂ ਦੀ ਬਿਨਾਂ ਨੌਲੇਜ ਵਿੱਚ ਲਿਆ ਕੇ ਅਚਨ ਚੇ ਜਾ ਕੇ ਚੈੱਕ ਜ਼ਰੂਰ ਕਰਾਂਗੇ ਕਿਉਂਕਿ ਅਗਰ ਇਹ ਸੰਗਤ ਦੇ ਦਸਵੇਂ ਦੇ ਨਾਲ ਚੱਲ ਰਹੇਨ ਸਾਡੇ ਟੀਵੀ ਐਡਿਫੋਰਮ ਨੂੰ ਵੀ ਪੂਰੀ ਪੰਥ ਨੇ ਪੂਰੇ ਕੌਮ ਨੇ ਸਪੋਰਟ ਕੀਤਾ ਹੈਗਾ ਪੰਥਕ ਪਲੇਟਫਾਰਮ ਦੇ ਉੱਤੇ ਪੰਥ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਉਚੇਚਾ ਤੌਰ ਦੇ ਉੱਤੇ ਗੁਫ਼ਤਗੂ ਦੇ ਸਪੈਸ਼ਲ ਐਪੀਸੋਡ ਦੇ ਵਿੱਚ ਕਰ ਆਪਾਂ ਸਾਰੇ ਪ੍ਰਵਿੰਦਰ ਸਿੰਘ ਦੇ ਨਾਲ ਜੁੜੇ ਹੋਏ ਸੀ ਕੋਸ਼ਿਸ਼ ਕਰਾਂਗੇ ਬਹੁਤ ਜਲਦ ਅਗਲਾ ਜਿਹੜਾ ਸਾਡਾ ਨੈਕਸਟ ਸੀਰੀਜ਼ ਕਹਿ ਲਈਏ ਨੈਕਸਟ ਪ੍ਰੋਗਰਾਮ ਕਹਿ ਲਈਏ ਅਗਲੇ 2-4 ਦਿਨਾਂ ਦੇ ਅੰਦਰ ਜੋ ਵੈਕਸੀਨੇਸ਼ਨ ਇਹਨਾਂ ਦੇ ਇਸ ਇਸ ਵੈਸਟ ਦਿੱਲੀ ਤੇ ਲਖਨਗੜੀ ਚੱਲ ਰਿਹਾ ਹੈਗਾ ਉਹਦੇ ਐਪੀਸੋਡ ਦੇ ਨਾਲ ਅਸੀਂ ਲਾ ਦੁਬਾਰਾ ਅਸੀਂ ਤੁਹਾਡੇ ਨਾਲ ਜੁੜਾਂਗੇ ਲੈਨੇ ਸਾਹਿਬ ਪ੍ਰਵਿੰਦਰ ਸਿੰਘ ਜੀ ਤੋਂ ਇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ